ਪਿੰਡਾਂ ਦੇ ਵਿੱਚ ਵੋਟਾਂ ਨੂੰ ਲੈ ਕੇ ਸ਼ਰੇਆਮ ਤੱਕੇਸ਼ਾਹੀ ਨੂੰ ਲੈ ਕੇ ਆਪ ਸਰਕਾਰ ਦੇ ਉੱਤੇ ਸਵਾਲ ਚੱਕੇ ਜਾ ਰਹੇ ਨੇ ਤੇ ਜਿਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਿਹੜਾ ਕਿ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਮੇਟੀ ਦਾ ਗਠਨ ਕੀਤਾ ਤੇ ਹੁਣ ਫਿਰ ਤੋਂ ਉਹਨਾਂ ਦੇ ਵੱਲੋਂ ਉਮੀਦਵਾਰਾਂ ਦੇ ਨਾਲ ਗੱਲਬਾਤ ਕੀਤੀ ਗਈ ਤੇ ਜਿਸ ਦੇ ਵਿੱਚ ਲੋਕਾਂ ਦੀ ਆਵਾਜ਼ ਸ਼੍ਰੋਮਣੀ ਅਕਾਲੀ ਦਲ ਨੇ ਮੁੜ ਤੋਂ ਚੱਕੀ ਹੈ ਤੇ ਉੱਥੇ ਹੀ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਜਿਸ ਦੇ ਵਿੱਚ ਕਈ ਜਿਹੜਾ ਕਿ ਲੋਕਤੰਤਰ ਦਾ ਘਾਣ ਹੋ ਰਿਹਾ ਉਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਉੱਤੇ ਮੁੜ ਪਲਟਵਾਰ ਕੀਤਾ। ਆਓ ਤੁਹਾਨੂੰ ਸੁਣਾਉਂਦੇ ਆ ਡਾਕਟਰ ਦਲਜੀਤ ਸਿੰਘ ਚੀਮਾ ਦਾ ਹੁਣ ਕੀ ਕਹਿਣਾ ਹੈ। ਆਮ ਆਦਮੀ ਪਾਰਟੀ ਦਾ ਜਿਹੜਾ ਅਫੀਸ਼ੀਅਲ ਵਰਜ਼ਨ ਉਹਨਾਂ ਦੇ ਸਪੋਕਸਮੈਨ ਨੇ ਦਿੱਤਾ, ਸਟੇਟਮੈਂਟ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਾਰੀ ਹੋਈ, ਕਹਿੰਦੇ ਜੀ ਬਹੁਤ ਵੱਡਾ ਸਾਨੂੰ ਰਿਲੀਫ ਮਿਲਿਆ ਭਈ ਸਿਰਫ ਪੌਣੇ ਕੁ 300 ਪੰਚਾਇਤਾਂ ਦੇ ਵਿੱਚ ਹੀ ਹਾਈਕੋਰਟ ਨੇ ਜਿਹੜਾ ਉਹ ਸਟੇ ਦਿੱਤਾ। ਅਤੇ ਮੈਂ ਦੇਖ ਰਿਹਾ ਸੀ ਵੀ ਇਹ ਰਾਹਤ ਕਿਸ ਗੱਲ ਦੀ, ਜਦੋਂ ਸ਼ਰਮ ਨੱਥ ਜਾਵੇ ਨਾ ਉਦੋਂ ਫਿਰ ਜਿਹੜੇ ਹੈ ਲਫ਼ਜ਼ ਵੀ ਉੱਦਾਂ ਦੇ ਮੂੰਹੋਂ ਨਿਕਲਦੇ ਆ। ਇਹ ਰਾਹਤ ਉਹਨਾਂ ਨੂੰ ਤਾਂ ਮਹਿਸੂਸ ਹੁੰਦੀ ਹੈ ਵੀ ਡਾਕਾ ਤਾਂ ਮਾਰਿਆ ਸੀ ਬਹੁਤ ਵੱਡਾ, ਅਤੇ ਉਹਨਾਂ ਨੂੰ ਲੱਗਦਾ ਸੀ ਵੀ ਮਾਲ ਬੜਾ ਹਲੇ ਥੋੜ੍ਹਾ ਹੀ ਫੜਿਆ ਗਿਆ ਬਾਕੀ ਬਚ ਗਿਆ। ਇਸ ਕਰਕੇ ਸਰਕਾਰ ਪੇਸ਼ਕਾਰੀ ਕਰ ਰਹੀ ਹੈ ਜਿਵੇਂ ਬੜੀ ਵੱਡੀ ਪ੍ਰਾਪਤੀ ਹੁੰਦੀ ਹੈ। ਜੇ ਇੱਕ ਪਿੰਡ ਦੇ ਵਿੱਚ ਵੀ ਮੁੱਖ ਮੰਤਰੀ ਸਾਹਿਬ ਜੇ ਇਲੈਕਸ਼ਨ ਦਾ ਘਾਣ ਹੁੰਦਾ, ਪੰਚਾਇਤ ਜਿਹੜੀ ਹੈ ਲੋਕਾਂ ਦੀ ਮਰਜ਼ੀ ਦੀ ਨਹੀਂ ਚੁਣੀ ਜਾਂਦੀ, ਧੱਕੇਸ਼ਾਹੀ ਹੁੰਦੀ ਹੈ, ਤਾਂ ਇਹ ਸਰਕਾਰ ਵਾਸਤੇ ਡੁੱਬ ਮਰਨ ਵਾਲੀ ਗੱਲ ਹੁੰਦੀ ਹੈ। ਜਿੰਨੇ ਲੋਕ ਉਦਣ ਹਾਈਕੋਰਟ 'ਚ ਗਏ ਸਾਰੀਆਂ ਦੀਆਂ ਸਾਰੀਆਂ ਪੰਚਾਇਤਾਂ ਸਟੇ ਹੋ ਗਈਆਂ, ਇਸ ਤੋਂ ਵੱਡੀ ਸਰਕਾਰ ਵਾਸਤੇ ਸ਼ਰਮ ਦੀ ਗੱਲ ਕੀ ਹੋਣੀ। ਪਰ ਉੱਧਰ ਰਾਹਤ ਕਿਸ ਚੀਜ਼ ਦੀ ਮਹਿਸੂਸ ਹੋ ਰਹੀ ਵੀ ਸ਼ਾਇਦ ਹਾਲੇ ਬਾਕੀ ਬਚ ਗਈ। ਪਰ ਆਹ ਤੁਹਾਡੇ ਸਾਹਮਣੇ ਆ ਜਿਹੜੇ ਬੈਠੇ ਇਹ ਸਾਰੇ ਹੀ ਉਹ ਸੱਜਣ ਹੈ, ਸਾਡੀਆਂ ਭੈਣਾਂ ਵੀ ਇਹਦੇ 'ਚ ਸ਼ਾਮਿਲ ਆ, ਬੀਬੀਆਂ ਸ਼ਾਮਿਲ ਆ, ਜਿਨ੍ਹਾਂ ਨੇ ਨਾਮਜ਼ਦਗੀ ਪੱਤਰ ਜਿਹੜੇ ਆ ਉਹ ਭਰੇ ਸੀ ਇਸ ਭਾਵਨਾ ਦੇ ਨਾਲ ਕਿ ਜੇ ਪਿੰਡ ਦੇ ਲੋਕ ਸਾਡਾ ਸਹਿਯੋਗ ਕਰਨਗੇ ਤਾਂ ਅਸੀਂ ਪਿੰਡ ਦੀ ਸੇਵਾ ਕਰਨੀ। ਪਰ ਇਹਨਾਂ ਨੇ ਤਾਂ ਹਾਲੇ ਸੇਵਾ ਕੀ ਕਰਨੀ ਸੀ, ਜੋ ਸਰਕਾਰ ਦੇ ਅਫਸਰਾਂ ਨੇ ਪੁਲਿਸ ਨੇ ਇਹਨਾਂ ਦੀ ਸੇਵਾ ਕੀਤੀ ਉਹ ਤੁਹਾਨੂੰ ਅਸੀਂ ਕਈਆਂ ਦੇ ਨਾਲ ਇੱਥੇ ਰੂਬਰੂ ਵੀ ਕਰਾਵਾਂਗੇ ਕਿ ਕਿਸ ਹੱਦ ਤੱਕ ਲੋਕਾਂ ਨੂੰ ਜਲੀਲ ਕੀਤਾ ਗਿਆ, ਕਿਸ ਹੱਦ ਤੱਕ ਲੋਕਾਂ ਨੂੰ ਨਾਮੀਨੇਸ਼ਨ ਫਾਈਲ ਕਰਨ ਤੋਂ ਲਗਾਤਾਰ ਰੋਕਿਆ ਜਾਂਦਾ ਰਿਹਾ, ਕਿਸ ਹੱਦ ਤੱਕ ਲੋਕਾਂ ਦੇ ਗੁੰਮਰਾਹ ਕਰਕੇ ਨਾਮੀਨੇਸ਼ਨ ਦੀਆਂ ਫਾਈਲਾਂ ਲੈ ਲਈਆਂ। ਹੁਣ ਜਿਹੜਾ ਅਫਸਰ ਬੈਠਾ ਉਹਦੇ 'ਤੇ ਲੋਕਾਂ ਨੂੰ ਬੜਾ ਵੱਡਾ ਵਿਸ਼ਵਾਸ ਹੁੰਦਾ ਵੀ ਇਹ ਅਫਸਰ ਤਾਂ ਸਾਰਿਆਂ ਦਾ ਸਾਂਝਾ ਬੈਠਾ, ਪਰ ਇਹ ਨਹੀਂ ਪਤਾ ਸੀ ਵੀ ਐਡਾ ਵੱਡਾ ਬੇਈਮਾਨ ਹੈ ਵੀ ਇਹਨੇ ਸਾਡੇ ਕੋਲੋਂ ਫਾਈਲਾਂ ਫੜ ਕੇ ਅਤੇ ਰਾਤ ਨੂੰ ਆਮ ਆਦਮੀ ਪਾਰਟੀ ਵਾਲੇ ਨੂੰ ਫੜਾ ਦੇਣੀਆਂ। ਉਹ ਵਿਚਾਰੇ ਕਹਿੰਦੇ ਵੀ ਅਸੀਂ ਫਾਈਲ ਕਰਕੇ ਗਏ ਹਾਂ ਇਸੇ ਦਫ਼ਤਰ 'ਚ ਕਰਕੇ ਗਏ ਹਾਂ, ਨਾ ਉਹਦਾ ਨਾਂ ਰਿਜੈਕਸ਼ਨ 'ਚ ਆ ਰਿਹਾ ਨਾ ਉਹਦਾ ਨਾਂ ਸਿਲੈਕਸ਼ਨ 'ਚ ਆ ਰਿਹਾ, ਅਤੇ ਉਹਨਾਂ ਲੋਕਾਂ ਦੀਆਂ ਫਾਈਲਾਂ ਜਿਹੜੀਆਂ ਉਹ ਕਿੱਥੇ ਗਈਆਂ ਇਹ ਅੱਜ ਉਹਨਾਂ ਲੋਕਾਂ ਨੂੰ ਵਿਚਾਰਿਆਂ ਨੂੰ ਸਮਝ ਨਹੀਂ ਆਉਂਦੀ। ਉਦੋਂ ਕਹਿ ਦਿੱਤਾ ਕਿ ਰਸ਼ ਬਹੁਤ ਹੈ ਅਤੇ ਸਾਨੂੰ ਫਾਈਲਾਂ ਫੜਾ ਦਿਓ, ਅਸੀਂ ਸਾਰਿਆਂ ਦੀਆਂ ਦਰਜ ਕਰਕੇ ਅਤੇ ਤੁਸੀਂ ਸਾਡੇ ਕੋਲੋਂ ਬਾਅਦ 'ਚ ਆ ਕੇ ਸਿੰਬਲ ਅਲਾਟਮੈਂਟ ਕਰਨ ਜਦੋਂ ਆਓਗੇ ਤੁਹਾਨੂੰ ਰਸੀਦਾਂ ਦੇ ਦਿਆਂਗੇ। ਅਤੇ ਰਾਤ ਨੂੰ MLA ਸਾਹਿਬ ਉੱਥੋਂ ਆਮ ਆਦਮੀ ਪਾਰਟੀ ਦੇ ਫਾਈਲਾਂ ਲੈ ਗਏ। ਹੁਣ ਜਦੋਂ ਜਮਹੂਰੀਅਤ ਦਾ ਇਸ ਪੱਧਰ ਤੱਕ ਘਾਣ ਹੋਏਗਾ ਤਾਂ ਦੱਸੋ ਇਸ ਤਰ੍ਹਾਂ ਦੀ ਇਲੈਕਸ਼ਨ ਕਰਾਉਣ ਦਾ ਕੀ ਫਾਇਦਾ। ਮੈਨੂੰ ਅਫਸੋਸ ਹੈ ਇਸ ਗੱਲ ਦਾ ਕਿ ਅਸੀਂ ਲਗਾਤਾਰ ਇਲੈਕਸ਼ਨ ਕਮਿਸ਼ਨ ਦੇ ਕੋਲ ਜਾਂਦੇ ਹੁੰਦੇ ਸੀ, ਤੁਸੀਂ ਗਵਾਹ ਹੋ ਇਸ ਗੱਲ ਦੇ ਕਿਉਂਕਿ ਅੰਦਰੋਂ ਹੋ ਕੇ ਅਸੀਂ ਤੁਹਾਡੇ ਰੂਬਰੂ ਹੋਣਾ ਹੁੰਦਾ, ਹਰ ਚੀਜ਼ ਅਸੀਂ ਲਿਖਤੀ ਰੂਪ ਦੇ ਵਿੱਚ ਇਲੈਕਸ਼ਨ ਕਮਿਸ਼ਨ ਨੂੰ ਦਿੰਦੇ ਰਹੇ ਕਿ ਇੱਥੇ ਮੋਗੇ ਦੇ ਵਿੱਚ ਗੋਲੀਆਂ ਚੱਲੀਆਂ, ਧਰਮਕੋਟ ਦੇ ਵਿੱਚ ਉੱਥੇ ਲੋਕਾਂ ਨੂੰ ਲਾਈਨਾਂ 'ਚ ਲੱਗਿਆ ਕੁੱਟਮਾਰ ਹੋਈ ਆ, ਫਲਾਣੇ ਥਾਂ 'ਤੇ ਗੋਲੀਆਂ ਚੱਲੀਆਂ, ਉੱਥੇ ਫਾਈਲਾਂ ਖੋਲ੍ਹ ਕੇ ਵੀਡੀਓ ਅਸੀਂ ਨਾਲ ਦਿੱਤੀਆਂ। ਪਰ ਅਫਸੋਸ ਹੈ ਕਿ ਕਮਿਸ਼ਨ ਜਿਹੜਾ ਉਹ ਸਰਕਾਰ ਦੀ ਕੱਠਪੁਤਲੀ ਬਣ ਕੇ ਕੰਮ ਕਰਦਾ ਰਿਹਾ ਅਤੇ ਇੱਕ ਵਾਰੀ ਵੀ ਕਮਿਸ਼ਨ ਨੇ ਇੰਨੀਆਂ ਅਸੀਂ ਚਿੱਠੀਆਂ ਲਿਖੀਆਂ, ਕਿਸੇ ਤਰ੍ਹਾਂ ਦੀ ਵੀ ਟ੍ਰਾਂਸਪਰੈਂਸੀ ਕਮਿਸ਼ਨ ਨੇ ਨਹੀਂ ਦਿਖਾਈ, ਇੱਕ ਵੀ ਚਿੱਠੀ ਦਾ ਜਵਾਬ ਜਿਹੜਾ ਉਹ ਦੇਣਾ ਠੀਕ ਨਹੀਂ ਸਮਝਿਆ। ਸਾਨੂੰ ਚਾਹ ਜ਼ਰੂਰ ਪਿਲਾ ਦਿੰਦੇ ਹਰ ਵਾਰੀ ਅਤੇ ਉਦੋਂ ਬਾਅਦ ਜੀ ਮੈਂ ਕੀ ਕਰ ਸਕਦਾ ਜੀ, ਮੈਂ ਤਾਂ ਪੁੱਛ ਹੀ ਸਕਦਾ ਜੀ, ਮੈਂ ਤਾਂ ਇਹੋ ਜਿਹਾ ਜਿਹੜਾ ਲਾਚਾਰ ਕਮਿਸ਼ਨ ਹੈ ਇਹਨੂੰ ਬਣਾਉਣ ਦਾ ਹੀ ਫਾਇਦਾ ਕੋਈ ਨਹੀਂ, ਕਿਉਂਕਿ ਜੇ ਕਮਿਸ਼ਨ ਨੇ ਕਿਸੇ ਦੀ ਸੁਣਵਾਈ ਨਹੀਂ ਕਰਨੀ ਅੱਜ ਹਾਈਕੋਰਟ 'ਚ ਲੋਕਾਂ ਨੂੰ ਕਿਉਂ ਜਾਣਾ ਪਿਆ। ਇਹ ਮੈਂ ਸਮਝਦਾ ਕਿ ਜਿਹੜਾ ਸਟੇਟ ਇਲੈਕਸ਼ਨ ਕਮਿਸ਼ਨ ਹੈ ਇਹ ਉਹਦਾ 100% ਫੇਲਰ ਹੈ। ਅੱਜ ਹਾਈਕੋਰਟ ਦਾ ਇੰਨਾ ਜਿਹੜਾ
कीमती समा सी जज साहबान का, अज छुट्टियां चल रही हैं, छुट्टियां किन्ने मसले होंगे जो थोड़े जे जजा नबेड़ने पेंदे आ, तो वो जज सारे पटीशन जड़िया इनिया जा रही, तो जे जड़ा कमीशन है वह पहले दिन तो सही काम करता अपने काम के कोताही ना करता, तो अज अदालतों का यह जड़ा कीमती समा इस काम से बर्बाद हो रहा, और जी लोगों की एडे वे पद्धर के उत्ते खजल खराबी हो रही है, वो जी मैं समझदा कि वह बच सकती सी। सारे पंजाब धरने लग रहे हैं, अज गिदड़बाज के धरना लग्या, आ गिदड़बाज वाला केस असी सारा उधर एक्सप्लेन करके आए सी भी देखो 25 पिंडा दे बिना मुकाबला सरपंच डिकलेयर कर दते आ, तो जड़े कोई जड़े कुछ तो रिजैक्ट कर दते, जड़ा कोई रह गया वो फर्जी दस्तखत करके तो जड़े आ वह आप ही विड्रा कर दते, तो तुसी घट्टो घट उन्हां दा उत्थों जदों पहला लिस्टां ला दित्तियां कि सारे दे कागज प्रवान है, तो असी कहा जी तुसी अपने रिकॉर्ड चैक कर लो, जो एक बार उन्होंने तुहानूं प्रवान करके भेजा तो सिंबल अलर्ट होण तों बाद फिर किवें हो सकता कि बाद च कागज दूजा रद्द हो जाए, पर इत्थे वी भाणा वापरी गया तो कमीशन आराम नाल जिहड़ा वह बैठा जी दसो मैं की कर सकदा। सानू पुछण लग गए भी पार्टियां कहनूं तखलदाजी करदियां, मैं कहा पार्टियां तां जे हुण डेमोक्रेसी का मर्डर हो रहा तो पार्टियां नहीं बोलणगियां तो कौन बोलेगा, तुसीं तां इही भाल दिओ भई लोकां दे उत्ते सरकारी शक्ति दे नाल लोकां दी आवाज़ बंद कर दित्ती जावे, तो तुसीं इही भाल दिओ कि जिहड़ा भई जिहड़ा कोई बोले भी ना, तो असीं सरकार नूं खुश कर दईए भी बहुत वेखो जी मैनूं शाबाश दिओ, मैं किते नहीं कुसकण दित्ता। अज तक कमीशन ने लिस्टा नहीं जारी कीतिया कि ऑब्जर्वर किहड़े लगे, क्यों नहीं कीतिया मैं पुछता कमीशन नूं, जदों कि तुसीं ऑब्जर्वर लाए आ पर उन्हां नूं गुप्त क्यों रखिया, क्योंकि लोकी कंप्लेन ना कर सकन। मैं मीडिया नूं पुछदा भी तुहाड़े कोल कोई नंबर आए होण भी आह जिलियां दे ऑब्जर्वर लगे आ ते आह उन्हां दे टैलीफोन नंबर आ। जदों भारत दा चोण कमीशन जिहड़ा चोण कराउंदा वो जेडे अफसर लाउंदे आ सारे दीआं लिस्टां जारी करदे, उन्हां दे बकायदा नंबर जारी हुंदे आ भी जे किते भी किसी कैंडीडेट नूं जां किसी होर बंदे नूं कोई शिकायत होवे ते वह एस एस ऑब्जर्वर दे नंबर दे उत्ते इमीजिएटली फोन कर सकदा, पर साडे ऑब्जर्वर लाए जांदे लुका के भी किसी नूं पता ना लगे भी किसी तरीके किसी नूं कम ना लग जावे कोई चंगा अफसर। अपने आप ही ये चीज़ां जनतक क्यों नहीं कीतियां कमीशन ने, कमीशन की ड्यूटी होंगी रोज़ प्रेस कॉन्फ्रेंस करनी, लोगों को रीशोर करना भी मैं इस चीज़ का नोटिस लिया, मैं इस अफसर के उत्ते एक्शन लिया, वो नाल एक संदेश जाता, पर यह पहली बार है कि कमीशन गुप्त तरीके काम कर रहे। इस करके